ਤੁਸੀਂ ਦੇਖ ਰਹੇ ਹੋ ਦੈਨਿਫਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ 20 ਨਵੰਬਰ ਨੂੰ 4 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਣ ਜਾ ਰਹੀ, ਉਸ ਤੋਂ ਪਹਿਲਾਂ ਹੀ ਹਰ ਰਾਜਨੀਤਿਕ ਪਾਰਟੀਆਂ ਨੇ ਆਪਣਾ ਪੂਰਾ ਦਮਖਮ ਲਗਾਤਾ ਤਾਂ ਕੱਲ੍ਹ ਯਾਨੀ ਕਿ 20 ਨਵੰਬਰ ਨੂੰ 4 ਜ਼ਿਲ੍ਹਿਆਂ ਵਿੱਚ ਜ਼ਿਮਨੀ ਚੋਣ ਹੋ ਗਈ, ਤਾਂ ਆਖਿਰਕਾਰ ਉਸਦਾ ਨਤੀਜਾ 23 ਨਵੰਬਰ ਤੁਹਾਡੇ ਸਾਹਮਣੇ ਹੋਊਗਾ। ਤਾਂ ਕਿਤੇ ਕਿਤੇ ਆ ਕੇ ਹਰ ਪਾਰਟੀਆਂ ਜਿਹੜੇ ਵਰਕਰ ਹੈ ਉਹ ਲਗਾਤਾਰ ਦੂਸਰੀਆਂ ਪਾਰਟੀਆਂ ਰੁੱਖ ਕਰ ਰਹੇ ਹਨ। ਖਾਸ ਕਰਕੇ ਗੱਲ ਕੀਤੀ ਜਾਵੇ ਅਗਰ ਸ਼੍ਰੋਮਣੀ ਅਕਾਲੀ ਦਲ ਦੀ, ਤਾਂ 2 ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਤੋਂ ਉਹਦਾ ਤਿਆਗ ਪੱਤਰ ਦਿੱਤਾ। ਤਾਂ ਅਸਤੀਫਾ ਬਿਸ਼ੱਕ ਮਨਜ਼ੂਰ ਨਹੀਂ ਹੋਇਆ ਕੱਲ੍ਹ, ਲੇਕਿਨ ਕਿਤੇ ਕਿਤੇ ਆ ਕੇ ਦਿੱਲੀ ਦੀ ਗੱਲ ਕੀਤੀ ਤਾਂ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਸ਼ੋਕ ਗਹਿਲੋਤ, ਕੈਲਾਸ਼ ਗਹਿਲੋਤ ਨੇ ਜਿਹੜਾ ਵਾਜਪਾ ਨੂੰ ਜੁਆਇਨ ਕੀਤਾ। ਤਾਂ ਇਸ ਦੇ ਨਾਲ ਲਗਾਤਾਰ ਇਸਦਾ ਅਸਰ ਪੰਜਾਬ ਦੀ ਵੀ ਰਾਜਨੀਤੀ ਦੇਖਣ ਨੂੰ ਮਿਲ ਰਿਹਾ। ਤਾਂ ਇਸ ਟਾਈਮ ਲੁਧਿਆਣਾ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਹੁਣ ਵਾਜਪਾ ਵਿੱਚ ਸ਼ਾਮਿਲ ਹੋ ਗਿਆ। ਖੈਰ, ਕੀ ਹੋ ਸਕਦਾ ਹੈ ਕਿ ਇਹ ਆਉਣ ਵਾਲੀਆਂ ਨਗਰ ਨਿਗਮ ਦੇ ਚੋਣਾਂ ਦਾ ਕਿ ਚੁਣਾਵੀ ਸਟੰਟ ਤਾਂ ਨਹੀਂ? ਖੈਰ, ਇਹ ਤਾਂ ਹੁਣ ਜੁਆਇਨਿੰਗ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਜਿਹੜੇ ਵਰਕਰ ਹੈ ਆਖਿਰ ਵਾਜਪਾ ਨੂੰ ਆਪਣੀ ਕਿੰਨੀ ਮਦਦ ਦਿੰਦੇ ਆ। ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਮਹਾਤਮਾ ਸਾਹਿਬ। ਹਾਲ ਹੀ ਜਿਹੜਾ ਦਿੱਲੀ ਦੇ ਸਾਬਕਾ ਮੰਤਰੀ ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਛੱਡ ਕੇ ਵਾਜਪਾ ਨੂੰ ਜੁਆਇਨ ਕੀਤਾ, ਮਨੋਹਰ ਖੱਟਰ ਨੇ ਖਾਪ ਜੁਆਇਨ ਕੀਤਾ, ਲੱਗਦਾ ਇਸਦਾ ਅਸਰ ਹੁਣ ਆਉਣ ਵਾਲੀ ਨਗਰ ਨਿਗਮ ਚੋਣਾਂ ਪੰਜਾਬ 'ਤੇ ਵੀ ਦੇਖਣ ਨੂੰ ਮਿਲ ਸਕਦਾ? ਦੇਖੋ, ਇਹ ਜਿਹੜਾ ਅਸਰ ਹੈ ਨਾ, ਇਹ ਜਿਹੜਾ ਉਹਨਾਂ ਦਾ ਘੜਾ ਭਰ ਚੁੱਕਿਆ ਪਾਪ ਦਾ, ਬੜਾ ਝੂਠ ਬੋਲ ਕੇ, ਬੜਾ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਇਹਨਾਂ ਨੇ ਬੜੀ ਸਿਆਸਤ ਕਰਤੀ। ਹਜੇ ਵੀ ਨਹੀਂ ਹਟਦੇ, ਅਜੇ ਵੀ ਕੇਜਰੀਵਾਲ ਸਾਹਿਬ ਆਉਂਦੇ ਨੇ ਤਾਂ ਉਹ ਹਜੇ ਵੀ ਉਸੇ ਕੜੀ ਦੇ ਵਿੱਚ ਚੱਲਦੇ ਨੇ। ਪਰ ਉਹਨਾਂ ਦੇ ਆਪਣੇ ਲੋਕ ਜਦੋਂ ਆਪਣੇ ਕਹਿਣ ਲੱਗ ਜਾਣ ਨਾ ਵੀ ਦੇਖੋ ਅਸੀਂ ਜੋ ਤੁਸੀਂ ਬੋਲਦੇ ਹੋ ਪ੍ਰੈਕਟੀਕਲ ਨਹੀਂ ਹੋ ਰਿਹਾ, ਉਹ ਆਪਣੇ ਛੱਡ ਕੇ ਭੱਜ ਰਹੇ ਨੇ, ਇਹਦਾ ਮਤਲਬ ਜਨਤਾ ਕੀ ਸੋਚਦੀ ਆ? ਜਨਤਾ ਨੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਦਿੱਤਾ, ਆ ਹੁਣ ਬਾਈ ਇਲੈਕਸ਼ਨ ਦੀ ਤੁਸੀਂ ਗੱਲ ਕੀਤੀ, ਇਹਨਾਂ ਦੇ 2-4 ਦਿਨਾਂ 'ਚ 23 ਤਰੀਕ ਨੂੰ ਰਿਜ਼ਲਟ ਆ ਜਾਣੇ ਨੇ, ਤਾਂ ਬਹੁਤ ਵੱਡਾ ਇੱਕ ਬਦਲਾਵ ਦਾ ਦੌਰ ਪੰਜਾਬ 'ਚ ਸ਼ੁਰੂ ਹੋਣ ਜਾ ਰਿਹਾ। ਔਰ ਜਿਸ ਢੰਗ ਦੇ ਨਾਲ ਲੁਧਿਆਣੇ ਦਾ ਮਾਹੌਲ ਆ, ਲੁਧਿਆਣੇ ਦੇ ਵਿੱਚ ਕੱਲ੍ਹ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਢਲੀ ਮੈਂਬਰਸ਼ਿਪ ਵਾਲੇ ਲੋਕ ਨੇ ਉਹਨਾਂ ਲੋਕਾਂ ਨੇ ਬੀਜੇਪੀ ਜੁਆਇਨ ਕੀਤੀ ਵੈਸਟ ਹਲਕੇ ਤੋਂ, ਕੱਲ੍ਹ ਨੂੰ ਈਸਟ ਹਲਕੇ 'ਚੋਂ ਸਾਡੇ ਕੋਲ ਆਮ ਆਦਮੀ ਪਾਰਟੀ ਦੇ ਕੁਛ ਕਾਰਜਕਰਤਾ ਜੁਆਇਨ ਕਰ ਰਹੇ ਨੇ, ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਕੁਛ ਵਰਕਰ ਸਾਨੂੰ ਜੁਆਇਨ ਕਰ ਰਹੇ ਨੇ, ਇਸੇ ਕੜੀ 'ਚ ਕਾਂਗਰਸ ਦੇ ਕੁਛ ਬਲੋਕ ਪ੍ਰਧਾਨ ਬੀਜੇਪੀ ਨੂੰ ਇੱਕ ਅੱਧੇ ਦਿਨ 'ਚ ਜੁਆਇਨ ਕਰਨ ਵਾਲੇ ਨੇ। ਇਹ ਲਗਾਤਾਰ ਇੱਕ ਦੌਰ ਚੱਲ ਰਿਹਾ। ਇਹ ਲੋਕ ਸਾਡੇ ਕੋਲ ਕਿਉਂ ਆ ਰਹੇ ਨੇ? ਉਹਨਾਂ ਨੂੰ ਬਦਲਾਵ ਦੇ ਰੂਪ 'ਚ ਭਾਰਤੀ ਜਨਤਾ ਪਾਰਟੀ ਨਜ਼ਰ ਆ ਰਹੀ ਹੈ। ਪੰਜਾਬ ਨੂੰ ਅਗਰ ਕੋਈ ਬਚਾ ਸਕਦਾ, ਸਾਡਾ ਸੂਬਾ ਇੰਨਾ ਪਿਛੜ ਗਿਆ, ਪਹਿਲੇ ਨੰਬਰ ਦਾ ਸੂਬਾ ਸਾਡਾ 20ਵੇਂ ਨੰਬਰ 'ਤੇ ਚਲੇ ਗਿਆ, ਦੇਸ਼ ਸਾਡਾ ਤਰੱਕੀ ਕਰਕੇ 5ਵੇਂ ਨੰਬਰ 'ਤੇ ਆ ਗਿਆ 20ਵੇਂ ਨੰਬਰ ਤੋਂ, ਔਰ ਸੂਬਾ ਸਾਡਾ ਪਿਛੜ ਕੇ 20ਵੇਂ ਨੰਬਰ 'ਤੇ ਚਲੇ ਗਿਆ, ਇਹਦੀ ਕੀ ਵਜ੍ਹਾ ਹੋ ਸਕਦੀ ਹੈ? ਇਸ ਮੌਕੇ ਦੀਆਂ ਸਰਕਾਰਾਂ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਲਗਾਤਾਰ ਧੋਖਾ ਉਹਨਾਂ ਦਾ ਘਾਣ ਹੋ ਰਿਹਾ। ਲੋਕ ਉਹ ਤੋਂ ਬਚਾਅ ਚਾਹੁੰਦੇ ਨੇ, ਲੋਕ ਚਾਹੁੰਦੇ ਨੇ ਕਿ ਪੰਜਾਬ ਵੀ ਉਸੇ ਤਰੱਕੀ ਦੇ ਰਾਹ 'ਤੇ ਚੱਲੇ, ਪੰਜਾਬ 'ਚ ਵੀ ਉਸੇ ਢੰਗ ਦੇ ਨਾਲ ਵਪਾਰ ਵਧਣ, ਪੰਜਾਬ ਦੇ ਵਿੱਚ ਹਰ ਪਾਸਿਓਂ ਲੋਕ ਸੁਰੱਖਿਅਤ ਹੋਣ, ਨਸ਼ਾ ਦੂਰ ਹੋਵੇ। ਉਹ ਸਾਰੀਆਂ ਕਮੀਆਂ 'ਚ ਨਜ਼ਰ ਆ ਰਹੀਆਂ, ਲੋਕ ਇਸ ਕਰਕੇ ਲੋਕਾਂ ਦਾ ਝੁਕਾਅ ਬਦਲ ਰਿਹਾ। 4 ਜ਼ਿਲ੍ਹੇ ਜ਼ਿਮਨੀ ਚੋਣ ਜਿਹੜਾ ਕੱਲ੍ਹ ਹੋਣਗੀਆਂ, ਮਤਦਾਨ ਹੋਣਗੇ, ਕੀ ਲੱਗ ਰਿਹਾ? ਚਾਰੇ ਵਾਜਪਾ ਨੇ ਬੜਾ ਦਮਖਮ ਲਗਾਇਆ, ਬਰਨਾਲਾ ਦੀ ਗੱਲ ਕੀਤੀ ਹੋਇਆ,
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਫੀ ਰੋਡ ਸ਼ੋਅ ਕੀਤਾ, ਜਿਹੜੇ ਕਾਫੀ ਸੈਂਕੜੇ ਤਾਜ ਦੇ ਲੋਕ ਵਰਤੇ। ਇਸ ਦੇ ਨਾਲ ਹੀ ਅਗਰ ਗਿੱਦੜਬਾਹਾ ਦੀ ਗੱਲ ਕਰਦੇ, ਮਨਪ੍ਰੀਤ ਬਾਦਲ ਬੜਾ ਫਸਵਾਂ ਮੁਕਾਬਲਾ ਹੈ ਅੰਮ੍ਰਿਤਾ ਵਰਿੰਗ ਦੇ ਔਰ ਮਨਪ੍ਰੀਤ ਬਾਦਲ ਦੇ। ਅਗਰ ਡੇਰਾ ਬਾਬਾ ਨਾਨਕ ਉਸ 'ਤੇ ਵੀ ਫਸਵਾਂ ਮੁਕਾਬਲਾ ਹੈ। ਇਸ ਦੇ ਨਾਲ ਅਗਰ ਗੱਲ ਕਰੀਏ ਚੱਬੇਵਾਲ, ਕਿਉਂਕਿ ਚੱਬੇਵਾਲ ਦੇ ਹਮੇਸ਼ਾ ਆਮ ਆਦਮੀ ਪਾਰਟੀ ਨੇ ਮੋਰਚਾ ਮਾਰਿਆ, ਕੀ ਲੱਗਦਾ ਸਾਰੀ? ਦੇਖੋ, ਇਹ ਚਾਰੇ ਸੀਟਾਂ 'ਤੇ ਅੱਜ ਤੱਕ ਸਾਡੇ ਭਾਈਵਾਲ ਲੜਦੇ ਸੀ, ਬੀਜੇਪੀ ਨਹੀਂ ਸੀ ਲੜਦੀ, ਪਰ ਅੱਜ ਬੀਜੇਪੀ ਪਹਿਲੀ ਔਰ ਦੂਸਰੀ ਪਾਰਟੀ ਬਣ ਕੇ ਉੱਭਰ ਕੇ ਇਹਨਾਂ ਚਾਰੇ ਸੀਟਾਂ 'ਤੇ ਆ ਰਹੀ ਹੈ। ਜਾਂ ਤਾਂ ਬੀਜੇਪੀ ਜਿੱਤੂਗੀ ਜਾਂ ਸੈਕਿੰਡ ਨੰਬਰ 'ਤੇ ਹੋਊਗੀ, ਔਰ ਦੋ ਸੀਟਾਂ ਕਨਫਰਮ ਨਜ਼ਰ ਆ ਰਹੀਆਂ ਨੇ। ਉਹ ਤੁਹਾਨੂੰ ਵੀ ਪਤਾ ਕਿ ਜਦੋਂ 23 ਤਰੀਕ ਨੂੰ ਰਿਜ਼ਲਟ ਆਉਣੇ ਨੇ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਘੜਾ ਬਿਲਕੁਲ ਭਰਿਆ ਹੋਇਆ ਉਹ ਫਟ ਜਾਣਾ। ਸੋ ਇਸ ਕਰਕੇ ਲੋਕਾਂ ਦਾ ਰੁਝਾਨ ਆ ਰਿਹਾ, ਔਰ ਇਹੀ ਰੁਝਾਨ ਇਸੇ ਗੱਲ ਤੋਂ ਡਰਦੇ ਇਹ ਲੋਕ ਕਾਰਪੋਰੇਸ਼ਨ ਦੇ ਚੁਣਾਵਾਂ ਨੂੰ 2 ਸਾਲ ਡਿਲੇ ਕਰ ਚੁੱਕੇ ਨੇ, ਹੋਰ ਕਰਨਾ ਚਾਹੁੰਦੇ ਨੇ। ਮੈਂ ਤੁਹਾਨੂੰ ਸਾਰੀਆਂ ਗੱਲਾਂ ਪਹਿਲਾਂ ਵੀ ਦੱਸੀਆਂ ਕਿ ਇਹਨਾਂ ਦੀ ਸੁਪਰੀਮ ਕੋਰਟ ਨੇ ਤਾਂ ਹੁਣ ਤਾਂ ਫੈਸਲਾ ਦੇ ਦਿੱਤਾ ਵੀ ਹੁਣ ਉਹਨਾਂ ਨੂੰ 8 ਹਫ਼ਤੇ ਅੰਦਰ ਫੈਸਲਾ ਕਰੋ। 25 ਨਵੰਬਰ ਤੋਂ ਬਾਅਦ ਉਹਨਾਂ ਨੇ ਬਿਲਕੁਲ ਸਰਕਾਰ ਨੂੰ ਕਹਿਤਾ ਵੀ ਆਪਣੀ ਸਰਕਾਰ ਤੁਸੀਂ ਆਪਣਾ ਕੰਮ ਸ਼ੁਰੂ ਕਰੋ, ਬਿਲਕੁਲ ਕਿਹਾ। ਔਰ ਜੇ ਸੁਪਰੀਮ ਕੋਰਟ ਦੇ ਕਹੇ 'ਤੇ ਸਰਕਾਰਾਂ ਨੂੰ ਚੱਲਣਾ ਪੈ ਰਿਹਾ ਤਾਂ ਇਹਦਾ ਮਤਲਬ ਵੀ ਇਹ ਨਿਕੰਮੇ ਲੋਕ ਬੈਠੇ ਨੇ, ਨਾ ਕਾਬਿਲ ਲੋਕ ਬੈਠੇ ਨੇ, ਨਗੈਰ ਤਜਰਬੇਕਾਰ ਬੈਠੇ ਨੇ। ਸੁਪਰੀਮ ਕੋਰਟ ਦੇ ਕਹੇ 'ਤੇ ਸਰਕਾਰਾਂ ਦੇ ਨਿਰਣੇ ਲੈਣੇ ਪੈਣਗੇ, ਤਾਂ ਇਹ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ। ਇਸੇ ਕਰਕੇ ਸੁਪਰੀਮ ਕੋਰਟ ਨੂੰ ਉਹ 'ਚ ਦਖਲ ਦੇਣਾ ਪਿਆ, ਹਾਈ ਕੋਰਟ ਨੂੰ ਦਖਲ ਦੇਣਾ ਪਿਆ। ਇਹ ਲੋਕ ਜਿਹੜੇ ਇਹ ਕਹਿ ਕੇ ਵੀ ਅਸੀਂ ਲੋਕਪਾਲ ਲੈ ਕੇ ਆਵਾਂਗੇ, ਇਹਨਾਂ ਨੇ ਪਾਰਟੀ ਬਣਾਈ ਸੱਤਾ 'ਚ ਆਏ, ਅੱਜ ਲੋਕਪਾਲ ਤਾਂ ਦੂਰ ਦੀ ਗੱਲ, ਇਹ ਚੁਣਾਵਾਂ ਤੋਂ ਭੱਜ ਰਹੇ ਨੇ, ਕਿੱਡੀ ਵੱਡੀ ਹੈਰਾਨਗੀ ਦੀ ਗੱਲ ਆ। ਸੋ ਇਸ ਕਰਕੇ ਅਗਰ ਉਹ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਇਹ ਨਿਰਣੇ ਆ, ਅਸੀਂ ਖਿੜੇ ਮੱਥੇ ਲੈਂਦੇ ਹਾਂ। ਅਸੀਂ ਇਹਨਾਂ ਨੂੰ ਚੈਲੰਜ ਇਹ ਵੀ ਕਰਦੇ ਹਾਂ, ਤੁਸੀਂ ਆਓ ਮੈਦਾਨ 'ਚ, ਨਵੇਂ ਹੋਣ ਪੁਰਾਣੇ ਹੋਣ, ਭਾਰਤੀ ਜਨਤਾ ਪਾਰਟੀ ਲੜਨ ਲਈ ਤਿਆਰ ਆ, ਪਰ ਤੁਸੀਂ ਭੱਜੋ ਨਾ, ਉਹਦੇ 'ਚ ਲਈ ਚੋਰ ਰਸਤੇ ਨਾ ਲੱਭੋ। ਸੋ ਕਿਤੇ ਨਾ ਕਿਤੇ ਲਗਾਤਾਰ ਜਿਹੜੀ ਗੱਲ ਕੀਤੀ ਜਾਂਦੀ ਹੈ ਜਿਮਨੀ ਚੋਣ ਦੀ, 2 ਸੀਟਾਂ 'ਤੇ ਕਨਫਰਮ ਭਾਜਪਾ ਕਹਿ ਰਹੀ ਸਾਡੇ ਉਮੀਦਵਾਰ ਜੇਤੂ ਕਰਨਗੇ। ਤਾਂ ਅੱਜ ਇਹ ਉਹ ਜੁਝਾਰੂ ਵਰਕਰ ਹੈ ਸ਼੍ਰੋਮਣੀ ਅਕਾਲੀ ਦਲ ਦੇ, ਜੀਵਨ ਸਿੰਘ ਸੇਖਾ ਜੀ। ਸੇਖਾ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਨੇ ਆਪਣਾ ਪ੍ਰਧਾਨਗੀ ਪੱਤਰ ਅਸਤੀਫਾ ਦਿੱਤਾ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਵੀ ਆਪਣਾ ਦਿੱਤਾ, ਉੱਧਰੋਂ ਝਿੰਜਰ ਜੀ ਨੇ ਵੀ ਆਪਣਾ ਉੱਥੇ ਜਾ ਕੇ ਚੰਡੀਗੜ੍ਹ ਵਰਕਿੰਗ ਕਮੇਟੀ ਵਿੱਚ ਆਪਣਾ ਅਸਤੀਫਾ ਦੇਣ ਦੀ ਗੱਲ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਨਾ ਮਨਜ਼ੂਰ ਦੀ ਗੱਲ ਆਖੀ, ਕਿਸ ਤਰ੍ਹਾਂ ਸਭ ਮੰਨਦੇ? ਨਾ ਮਨਜ਼ੂਰ ਦੀ ਗੱਲ ਇਹ ਆ ਜੀ, ਵੀ ਅਸਤੀਫੇ ਵੀ ਆਪ ਹੀ ਦੇਣੇ ਆ, ਦੇਣੇ ਵੀ ਆਪਣੇ ਆਪ ਨੂੰ ਨੇ, ਨਾ ਮਨਜ਼ੂਰ ਵੀ ਆਪ ਕਰਦੇ ਨੇ ਅਤੇ ਮਨਜ਼ੂਰ ਵੀ ਆਪ ਕਰਦੇ ਨੇ। ਉਹ ਪਾਰਟੀ ਦੇ ਕੋਈ ਇਹ ਥੋੜ੍ਹੀ ਵੀ ਕਿਸੇ ਨੂੰ ਉੱਤੇ ਦੇਣਾ, ਦੇਣਾ ਤਾਂ ਆਪਣੇ ਆਪ ਨੂੰ, ਸਭ ਕੁਛ ਕਰਤਾ ਧਰਤਾ ਜੋ ਉਹਨੇ ਬਾਦਲ ਫੁਲੀਆਂ ਆਪਣੇ ਕਰ, ਬਿਲਕੁਲ ਬਾਦਲ ਸਾਹਿਬ ਨੇ ਉਹਨਾਂ ਨੇ ਜੋ ਡਿਸਾਈਡ ਕਰਨਾ ਉਹਨਾਂ ਨੇ ਕਰਨਾ, ਉਸ ਚੁਣਾਵੀ ਸਟੰਟ ਆ। ਹੁਣ ਦੇਖੋ ਤੁਸੀਂ ਦੱਸੋ ਮੈਨੂੰ ਵੀ ਕਮਰੇ ਦੇ ਵਿੱਚ ਬੰਦ ਹੋ ਕੇ ਆਪਾਂ ਇਹ ਗੱਲ ਕਹਿ ਦੀ ਵੀ ਆਪਾਂ ਇਲੈਕਸ਼ਨ ਲੜਨੀ ਆ, ਕਮਰੇ ਦੇ ਵਿੱਚ ਬੰਦ ਬਹਿ ਕੇ ਹੋ ਕੇ ਕਹਿ ਦੀ ਵੀ ਆਪਾਂ ਇਲੈਕਸ਼ਨ ਨਹੀਂ ਲੜਨੀ, 4 ਸੀਟਾਂ 'ਤੇ ਇਲੈਕਸ਼ਨ ਨਹੀਂ ਲੜ ਰਹੇ ਅਕਾਲੀ ਦਲ, ਇਹ ਵਰਡ ਕਿਹਦੇ? ਸੁਖਬੀਰ ਸਿੰਘ ਬਾਦਲ ਬਿਲਕੁਲ ਨਹੀਂ ਨਹੀਂ ਲੜਨੇ, ਨਹੀਂ ਲੜਨੇ ਦਾ ਕੀ ਮਤਲਬ ਹੈ? ਵਰਕਰਾਂ ਨੂੰ ਪੁੱਛੋ, ਕੈਂਡੀਡੇਟ ਨੂੰ ਪੁੱਛੋ ਲੜਨਾ ਚਾਹੁੰਦਾ ਕਿ ਨਹੀਂ, ਵਰਕਰਾਂ ਨੂੰ ਪੁੱਛੋ ਮਦਦ ਕਰਨ। ਉਮੀਦਵਾਰ ਤਿਆਰ ਸੀ? ਉਮੀਦਵਾਰ ਤਿਆਰ ਹੀ ਹੁੰਦੇ ਆ ਜੀ, ਉਹ ਫਿਰ ਪਾਰਟੀ ਛੱਡ ਕੇ ਕਿਉਂ ਜਾਂਦਾ ਹੁੰਦਾ ਕੋਈ? ਜਦੋਂ ਇਹ ਨਹੀਂ ਪਤਾ ਉਹ ਇਲੈਕਸ਼ਨ ਲੜੇ ਗਏ, ਪਹਿਲਾਂ ਜਲੰਧਰ ਦੇ ਇਲੈਕਸ਼ਨ ਹੋਏ, ਜੇ 22 ਇਲੈਕਸ਼ਨ ਹੋਏ, ਉੱਥੇ ਅਕਾਲੀ ਦਲ ਦੀ ਟਿਕਟ ਬੀਬੀ ਨੂੰ ਦਿੱਤੀ ਗਈ, ਉਸ ਤੋਂ ਬਾਅਦ ਉਹਦੀ ਮਦਦ ਨਹੀਂ ਕੀਤੀ ਗਈ, ਕਹਿੰਦੇ ਵੀ ਇਹ ਬਾਕੀ ਆ, ਟਿਕਟ ਤਾਂ ਅਕਾਲੀ ਦਲ ਦੀ ਸੀ ਨਾ, ਟਿਕਟ ਤਾਂ ਪਾਰਟੀ ਤੋਂ ਸੀ, ਉਹਦੀ ਮਦਦ ਕਰਨੀ ਚਾਹੀਦੀ ਸੀ ਪਾਰਟੀ ਨੇ ਟਿਕਟ ਦਿੱਤੀ ਆ।
ਉਹਨੂੰ 10,000 ਵੋਟ ਪੈਂਦੀ ਆ, ਜਿਹੜਾ ਆਜ਼ਾਦ ਬੰਦਾ ਉਹਨੂੰ 12,000 ਪੈਂਦੀ ਹੈ। ਹੁਣ ਆ ਕਿਹਾ ਤਾਂ ਕਹਿੰਦਾ ਵੀ ਅਸੀਂ ਇਲੈਕਸ਼ਨ ਨਹੀਂ ਲੜਨੀ। ਕਿਉਂ ਨਹੀਂ ਲੜਨੀ ਜੀ ਇਲੈਕਸ਼ਨ? ਅਸੀਂ ਵਰਕਰ ਸੀ, ਮੈਂ ਹਾਂ ਜਾਂ ਕੋਈ ਹੋਰ ਆ, ਮੈਂ ਤਾਂ ਚਲੋ ਜਿੰਨਾ ਜ਼ੋਰ ਅਸੀਂ ਲਾ ਸਕਦੇ ਸੀ ਵਿੱਚ ਰਹਿ ਕੇ ਲਾਇਆ। ਵਰਕਰ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਕੀ ਮੂੰਹ ਦਿਖਾਊਗਾ ਜੀ, ਤੁਹਾਡੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ? ਅਸੀਂ ਦੂਜੀ 'ਤੇ ਬਹਿਸ ਕਰਨ ਜੋਗੇ ਨਹੀਂ। ਤੁਸੀਂ ਤਾਂ ਭੱਜ ਗਏ ਸੀ ਇਲੈਕਸ਼ਨ ਲੜਨ ਲਈ, ਤੁਸੀਂ ਅੱਜ ਸਾਡੇ ਨਾਲ ਗੱਲ ਕਿਹੜੇ ਮੂੰਹ ਨਾਲ ਕਰਦੇ ਹੋ? ਅਸੀਂ ਆਪਦੇ ਕੱਲ੍ਹ ਨੂੰ ਕੋਈ ਸਾਨੂੰ ਇਹ ਕੈਂਡੀਡੇਟ ਦੇ ਦਿੰਦੇ ਨੇ, ਅਸੀਂ ਉਹਦੀ ਕਿਵੇਂ ਮਦਦ ਕਰਾਂਗੇ ਜਾ ਕੇ? ਕਿਵੇਂ ਕਹਾਂਗੇ ਲੋਕਾਂ ਨੂੰ ਵੀ ਉਦੋਂ ਭੱਜ ਗਿਆ ਸੀ, ਹੁਣ ਆ ਗਿਆ, ਹੁਣ ਪਾ ਦਿਓ? ਸ਼੍ਰੋਮਣੀ ਅਕਾਲੀ ਦਲ 'ਚ ਫਿਰ ਕਿਹੜੀ ਚੱਲਦੀ ਹੈ? ਸੁਖਬੀਰ ਸਿੰਘ ਬਾਦਲ ਚੱਲਦੀ ਹੈ, ਬਾਦਲ ਸਾਹਿਬ ਜੀ ਵਨ ਮੈਨ ਆਰਮੀ, ਵਨ ਮੈਨ ਆਰਮੀ ਹੈ ਜੀ ਪਾਰਟੀ। ਇੱਕ ਜਗ੍ਹਾ ਸ਼ੁਰੂ ਹੁੰਦੀ ਹੈ, ਉੱਥੇ ਖਤਮ ਹੁੰਦੀ ਹੈ। ਜਿਹਨੂੰ ਚੋਣ ਜੋ ਅਹੁਦਾ ਮਿਲੂਗਾ, ਜੋ ਚੋਣਗੇ ਉਹੀ ਹੋਣਾ, ਉਹੀ ਹੋਣਾ। ਹਾਂ ਜੀ ਸੇਮ ਤੁਹਾਡਾ, ਅੱਜ ਤੁਸੀਂ ਭਾਜਪਾ ਜੁਆਇਨ ਕਰ ਲਈ ਹੈ, ਠੀਕ ਹੈ। ਇਸ ਤੋਂ ਪਹਿਲਾਂ 2012 ਤੁਹਾਡੀ ਭਾਈਵਾਲ ਬਣੀ ਸੀ, ਛੋਟੇ ਭਰਾ ਵੱਡੇ ਭਰਾ ਦੀ ਗੱਲ ਕੀਤੀ ਜਾਂਦੀ ਆ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ, ਕੁਛ ਸਮਾਂ ਪਿਆ ਤਾਂ ਅਲੱਗ ਅਲੱਗ ਹੋ ਗਏ, ਤਾਂ ਕੀ ਲੱਗ ਰਿਹਾ ਉਸ ਤੋਂ ਬਾਅਦ? ਹੁਣ ਲੱਗ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹੁਣ ਬਿਲਕੁਲ ਜ਼ਮੀਨ 'ਤੇ ਆ ਗਿਆ? ਗ੍ਰਾਫ ਤਾਂ ਦੇਖੋ, ਮੈਂ ਜੇ ਗ੍ਰਾਫ ਥੱਲੇ ਆ ਗਿਆ ਤਾਂ ਸਭ ਤੋਂ ਪਹਿਲਾਂ ਮੀਡੀਆ ਨੂੰ ਪਤਾ ਲੱਗਦਾ। ਗ੍ਰਾਫ ਥੱਲੇ ਆ ਗਿਆ ਤਾਂ ਸਭ ਤੋਂ ਪਹਿਲਾਂ ਇਹ ਪਤਾ ਲੱਗਦਾ ਬੰਦਾ ਪਾਰਟੀ ਟਿਕਟ ਲੜ ਕਿਉਂ ਨਹੀਂ ਰਹੇ, ਇਲੈਕਸ਼ਨ ਲੜੀ ਕਿਉਂ ਨਹੀਂ ਜਾ ਰਹੇ। ਜਿਹੜੇ ਸੱਜੀਆਂ ਖੱਬੀਆਂ ਬਾਹਵਾਂ ਸੀ ਡੈਂਪੀ ਵੀਰ, ਉਹ ਪਾਰਟੀ ਨੂੰ ਛੱਡ ਗਿਆ, ਕਿਸੇ ਨਾ ਕਿਤੇ ਕੋਈ ਨਾ ਕੋਈ ਤਾਂ ਕਮੀ ਰਹੀ ਹੋਊਗੀ ਨਾ। ਅਸੀਂ ਇੱਕ ਦਿਮਾਗ ਦੇ ਵਿੱਚ ਇਹ ਗੱਲ ਸੋਚੀ ਜ਼ਿੰਦਗੀ ਦੇ ਵਿੱਚ ਵੀ ਪਾਰਟੀ ਜਿਹੜੀ ਚੰਗੇ ਹੁਣ ਮਾੜੇ ਹੁਣ ਇੱਕ ਤਾਂ ਲੈਣਾ, ਪਰ ਜੇ ਬੰਦਾ ਕੋਈ ਇੰਨਾ ਹੀ ਮਜਬੂਰ ਕਰ ਦੇਵੇ ਉੱਥੇ ਕੀ ਕਰਾਂਗੇ ਜੀ? ਹੁਣ ਇੱਕ ਤਾਂ ਪਿਆਰ ਦਿੰਦੀ ਹੈ ਪਾਰਟੀ, ਇੱਕ ਪੁੱਛਦੀ ਵੀ ਨਹੀਂ। ਭਾਜਪਾ ਪਿਆਰ ਦਿੰਦੀ ਹੈ, ਪਿਆਰ ਦਿੰਦੀ ਹੈ, ਸਨਮਾਨ ਕਰਦੀ, ਸਨਮਾਨ ਕਰਦੀ, ਕਿਉਂਕਿ ਸਾਡੇ ਪਹਿਲਾਂ ਹੈ ਤਾਂ ਭਾਈਵਾਲ ਸੀ। ਬਿਲਕੁਲ, ਬਹੁਤ ਜ਼ਿਆਦਾ ਸਾਡੇ ਸੱਜਣ ਉਹੀ ਪਾਰਟੀ, ਪਰਮਿੰਦਰ ਬਰਾੜ ਜੀ ਨੇ ਸਾਡੇ ਅਕਾਲੀ ਦਲ ਨੂੰ ਲੀਡ ਕਰਦੇ ਸੀਗੇ ਜੀ, ਉਹ ਠੀਕ ਹੈ ਜੀ, ਸਾਰਾ ਆਫਿਸ ਦਾ ਸਭ ਕੁਛ ਉਹਨਾਂ ਨੇ ਦੇਖਿਆ, ਉਹ ਇਹ ਪਾਰਟੀ 'ਚ ਨੇ। ਹੋਰ ਸਾਡੇ ਬਹੁਤ ਸਤਿਕਾਰਯੋਗ ਵੀਰ ਨੇ ਜਿਹੜੇ ਪਾਰਟੀ 'ਚ ਨੇ, ਲੱਗਦਾ ਨਹੀਂ ਹੈਗਾ ਵੀ ਪਾਰਟੀ ਛੱਡ ਗਿਆ ਨੇ। ਇੱਕ ਹੋਰ ਪਲੱਸ ਪੁਆਇੰਟ ਜ਼ਰੂਰ ਮਿਲਿਆ ਵੀ ਇੱਕ ਤਾਂ ਪ੍ਰਧਾਨ ਮੰਤਰੀ ਸਾਡਾ, ਇੱਕ ਕੋਈ ਦਾਗ ਨਹੀਂ, ਇਹ ਚੀਜ਼ ਮਿਲੀ ਹੈ। ਬਿਲਕੁਲ, ਉਹ ਪਾਰਟੀ ਨਾਲ ਕੀ ਇਹੀ ਕਾਰਨ ਹੈ ਭਾਜਪਾ ਜੁਆਇਨ ਕੀਤੀ? ਵਿਚਾਰਧਾਰਾ ਤਾਂ ਬਹੁਤ ਅੱਛੀ ਲੱਗੀ। ਭਾਈਵਾਲ ਵੀ ਪਹਿਲਾਂ ਤਾਂ ਹੀ ਸੀ ਨਾ ਜੀ, ਉਹਨੂੰ ਉਹ ਵੀ ਤਾਂ ਹੀ ਬਣੇ ਸੀ ਨਾ ਵੀ ਚੰਗੇ ਸੀ, ਕਿਸੇ ਕੋਲੋਂ ਅਗਲਾ ਨੂੰ ਲੱਗਦਾ ਵੀ ਸਾਨੂੰ ਕੁਝ ਕੱਲ੍ਹ ਦਾ ਫਾਇਦਾ ਹੋਜੂਗਾ, ਸ਼ਾਇਦ ਅਸੀਂ ਇਹਨਾਂ ਨੂੰ ਟੁੱਟ ਗਏ। ਹੁਣ ਕਿਸਾਨ ਯਾਰ, ਕਿਸਾਨ ਵੀਰ ਆ ਜਿਹੜੇ ਗਲਤ ਬੋਲ ਰਹੇ ਆ ਭਾਜਪਾ ਨੂੰ, ਤਾਂ ਸ਼ਾਇਦ ਵੀ ਇਹ ਸਾਨੂੰ ਵੋਟ ਤੋਂ ਲੋਕੀ ਪਾ ਦੇਣਗੇ, ਪਰ ਉਹ ਚੀਜ਼ ਤਾਂ ਨਹੀਂ ਹੋਈ। ਪਾਰਟੀ ਹੋਰ ਥੱਲੇ ਚਲੇਗੀ, ਅਕਾਲੀ ਦਲ ਹੋਰ ਜਲਦੀ ਥੱਲੇ ਚਲੇਗੀ ਟੁੱਟਣ ਤੋਂ ਬਾਅਦ। ਕਾਰਨ ਇਹ ਬਣਿਆ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ। ਹੁਣ ਸਿਰਫ ਪਿੰਡਾਂ ਦੇ ਵਿੱਚ ਗੁੰਮਰਾਹ ਕੀਤਾ ਗਿਆ ਕਿਸਾਨ ਵੀਰਾਂ ਨੂੰ, ਜਦੋਂ ਉਹ ਇਹ ਚੀਜ਼ ਤੋਂ ਬਾਹਰ ਆ ਗਏ, ਜਦੋਂ ਉਹਨਾਂ ਨੂੰ ਪਤਾ ਲੱਗਿਆ ਭਾਜਪੀ ਸਾਡੇ ਹੱਕ ਦੀ ਹੈ, ਸਾਡੇ ਉਲਟ ਨਹੀਂ ਹੈ ਜੇ ਧਿਆਨ ਨਾਲ ਸੋਚਿਆ ਜਾਵੇ, ਤਾਂ ਫਿਰ ਕਿਸੇ ਪਾਰਟੀ ਨੂੰ ਕਿੱਥੇ ਰਾਹ ਬਚ ਗਿਆ ਜੀ? ਭਾਜਪਾ ਕਿਸਾਨ ਹਿਤੈਸ਼ੀ ਹੈ, ਬਿਲਕੁਲ ਹੱਕਾਂ 'ਚ ਜੀ, ਬਿਲਕੁਲ ਹੱਕ ਦੇ ਵਿੱਚ। ਕਿਤੇ ਨਾ ਕਿਤੇ ਗੱਲ ਸਮਝਾਉਣ ਦੇ ਵਿੱਚ ਫਰਕ ਪੈ ਜਾਂਦਾ, ਕਿਤੇ ਨਾ ਕਿਤੇ ਸਮਝਣ ਦੇ ਵਿੱਚ ਫਰਕ ਪੈ ਜਾਂਦਾ। ਉਹ ਚੀਜ਼ਾਂ ਜਦੋਂ ਖਤਮ ਹੋ ਜਾਣਗੀਆਂ, ਕਿਤੇ ਮੁੱਦੇ ਸਿੱਟੇ ਤਾਂ ਨਿਕਲਣੇ ਹੀ ਆ ਜੀ। ਇੱਕ ਬੰਦਾ ਕਰਨਾ ਚਾਹੁੰਦਾ ਹੱਲ, ਜ਼ਿਆਦਾ ਕੋਈ ਕਰਨਾ ਨਾ ਚਾਹੁੰਦਾ ਹੋਵੇ, ਉਹ ਤਾਂ ਕਰਨਾ ਚਾਹੁੰਦੇ ਨੇ, ਭਾਜਪਾ ਕਰਨਾ ਚਾਹੁੰਦੀ। ਜਦੋਂ ਹੱਲ ਹੋ ਗਿਆ, ਦੂਜੀ ਪਾਰਟੀਆਂ ਨੂੰ ਭੱਜਣ ਨੂੰ ਥਾਂ ਨਹੀਂ ਦੇਣੀ। ਲਾਸਟ ਵਾਲਾ, ਅਕਸਰ ਹੀ ਹੁਣ ਨਗਰ ਨਿਗਮ ਚੋਣ ਆਉਣ ਵਾਲੀਆਂ, ਅਕਸਰ ਹੀ ਇਹਨਾਂ ਦਿਨਾਂ ਵਿੱਚ ਇੱਕ ਦੂਜੀ ਪਾਰਟੀਆਂ ਦੇ ਜਿਹੜੇ ਲੋਕ ਹੁੰਦੇ ਆ, ਚਾਹੇ ਜੁਝਾਰੂ ਵਰਕਰ ਕੋਈ ਵੀ ਹੋਣ, ਉਹ ਹਮੇਸ਼ਾ ਦੂਜੀਆਂ ਪਾਰਟੀਆਂ ਰੁੱਖ ਕਰ ਲੈਂਦੇ। ਮਾਨ ਸਨਮਾਨ ਦੀ ਗੱਲ ਉਹਨੂੰ ਨਹੀਂ ਮਿਲਦਾ, ਜਾਂ ਕੰਮ ਕਰਦੇ ਆ ਉਹਦੀ ਬੁੱਕਰ ਨਹੀਂ ਪੈਂਦੀ, ਜਾਂ ਕੰਮ ਅੱਗੇ ਵਧਣ ਨਹੀਂ ਦਿੰਦਾ। ਕਿਸ ਤਰ੍ਹਾਂ ਲੱਗਦਾ ਪਾਰਟੀ? ਜੇ ਤਾਂ ਕਹੀਏ ਇਲੈਕਸ਼ਨਾਂ ਦੀ ਗੱਲ ਜੀ, ਇਲੈਕਸ਼ਨਾਂ ਦੀ ਇਹ ਚਾਹ ਬਣ ਕੋਈ ਨਹੀਂ,
ਇਹ ਚੀਜ਼ ਦੀ ਕੋਈ ਨਹੀਂ ਵੀ ਆਪਾਂ ਇਲੈਕਸ਼ਨ ਲੜਨੇ ਹਾਂ ਪਹਿਲਾਂ। ਸਾਡੇ ਸੀਨੀਅਰ ਬਹੁਤ ਬੈਠੇ ਨੇ ਪਾਰਟੀ ਦੇ, ਮੇਰੇ ਨਾਲ ਵੀ ਆਏ ਨੇ, ਉਹਨਾਂ ਵਿੱਚੋਂ ਕੋਈ ਵੀ ਇਲੈਕਸ਼ਨ ਲੜੇ ਅਸੀਂ ਤਣੋਂ ਵੀ ਮਨੋਂ ਵੀ ਤਣੋਂ ਵੀ ਸਾਰੇ ਕਿਤੋਂ ਮਦਦ ਕਰਨੀ ਉਹਨਾਂ ਦੀ, ਬਿਲਕੁਲ ਸਾਥ ਦੇਣਾ, ਨੰਗੇ ਚਿੱਟੇ ਹੋ ਕੇ ਦੇਣਾ। ਸੋ ਉਹਨਾਂ ਦੱਸਦੀ ਕਿ ਜੀਵਨ ਸਿੰਘ ਸੇਖਾ ਜੁਝਾਰੂ ਵਰਕਰ ਸੀਟ ਸੀਨੀਅਰ ਵਾਈਸ ਪ੍ਰੈਜੀਡੈਂਟ ਵੀ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ, ਅੱਜ ਆਪਣੇ ਤਮਾਮ ਵਰਕਰਾਂ ਨਾਲ ਸਾਥੀਆਂ ਨਾਲ ਵਾਜਪਾ ਨੂੰ ਜੁਆਇਨ ਕੀਤਾ ਅਤੇ ਵਿਚਾਰਧਾਰਾ ਨੂੰ ਮੁੱਖ ਰੱਖਦੇ ਹੋਏ ਅੱਜ ਵਾਜਪਾ ਨੂੰ ਜੁਆਇਨ ਕੀਤਾ। ਕਿਤੇ ਕਿਤੇ ਆ ਕੇ ਹੁਣ ਆਉਣ ਵਾਲੀ ਨਗਰ ਨਿਗਮ ਚੋਣਾਂ ਦੇ ਉੱਪਰ ਹੁਣ ਵਾਜਪਾ ਦੇ ਨਾਲ ਨਾਲ ਬਾਕੀ ਸਿਆਸੀ ਪਾਰਟੀਆਂ ਵੀ ਨਿਗਰ, ਖਾਸ ਕਰਕੇ 23 ਨਵੰਬਰ ਨੂੰ ਜਿਹੜਾ ਰਿਜ਼ਲਟ ਆਏਗਾ 4 ਜ਼ਿਮਨੀ ਚੋਣਾਂ ਦਾ, ਜ਼ਿਲ੍ਹਿਆਂ ਦਾ, ਤਾਂ ਉਸ ਤੋਂ ਬਾਅਦ ਹੀ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਦਾ ਉਹ ਅਸਰ ਹੁਣ ਦੇਖਣ ਨੂੰ ਮਿਲੂਗਾ, ਕਿਹੜੀ ਪਾਰਟੀ ਦਾ ਹੁਣ ਅਗਲੇ ਆਉਣ ਵਾਲੀ ਨਿਗਮ 'ਚ ਆਉਂਦਾ ਕੀ ਅਸਰ ਹੁੰਦਾ ਹੈ। ਕੈਮਰਾਮੈਨ ਬੋਬੀਨਾ, ਸੰਦੀਪ ਸ਼ਰਮਾ, ਜੈਨੀਫਰ ਟੀ ਵੀ, ਲੁਧਿਆਣਾ।